ਅਰਜੀਤ ਧੌਨ ਜੀ। ਕੀ ਗੱਲਬਾਤ ਹੈ ਸਰ? ਮੈਂ ਨਾ ਘਰੋਂ ਨਿਕਲਦਾ ਪਿਆ ਸੀ, ਅਚਾਨਕ ਹੀ ਦੇਖਿਆ ਕਿ ਮੁੰਡੇ 'ਤੇ ਗੋਲੀ ਲੱਗੀ ਦੀ ਸੀ। ਮੈਂ ਰਹਿੰਦਾ ਸੰਧੂ ਕਲੋਨੀ ਬੈਕ ਸਾਈਡ, ਅਤੇ ਦੇਖਿਆ ਬੱਚਾ ਡਿੱਗਿਆ ਪਿਆ ਸੀ, ਬੱਚਾ ਮੁੜ ਕੇ ਫਿਰ ਉੱਠ ਕੇ ਡਿੱਗ ਪਿਆ, ਅਤੇ ਉਹਦੇ ਪਿੱਛੇ ਗੋਲੀ ਵੱਜੀ ਦੀ ਸੀ ਲੱਕ 'ਤੇ। ਸਦਰ ਥਾਣਾ ਸਰ। ਸਰ ਗੱਲਬਾਤ ਤਾਂ ਕੁਛ ਨਹੀਂ, ਪੁਰਾਣੀ ਰੰਜਿਸ਼ ਇਹਨਾਂ ਦੀ, ਇਹਨਾਂ ਦੇ ਪਰਚੇ ਪਹਿਲੇ ਵੀ ਵੱਜਦੇ ਆ, ਜੋ ਵੀ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਏ। ਕੁਛ ਨਹੀਂ ਸਰ, ਇਹ ਬੱਚੇ ਕਹਿੰਦੇ ਸੀ ਖਾਣ ਪੀਣ ਗਏ ਸੀ ਕੁਛ, ਅਤੇ ਬਸ ਖਾਣ ਪੀਣ ਗਏ ਆ, ਅਤੇ ਆਏ ਆ ਇੱਕ ਸਰਦਾਰ ਜੀ ਹੈਗੇ ਸੀ, ਉਹਨਾਂ ਨੇ 5-6 ਫਾਇਰ ਕੱਢ ਕੇ ਗੋਲੀਆਂ ਸਿੱਧੀਆਂ ਚਲਾਉਣੀ ਚਾਲੂ ਕਰਤੀਆਂ। ਹਾਂਜੀ, ਉਹ ਇਹਨੇ ਕਹਿੰਦੇ ਬੱਚੇ ਤਾਂ ਦੇਵੇ ਘਰ ਦੇ ਲਾਗੇ ਸੀ ਜਿਹਨਾਂ ਨੇ ਗੋਲੀਆਂ ਮਾਰੀਆਂ। ਹਾਂਜੀ, ਪੈਦਲ ਸੀ ਘਰ ਦੇ ਲਾਗੇ ਸੀ ਆਪਣੇ। ਉਹ ਪੁਲਿਸ ਦੇ 100 ਨੰਬਰ 'ਤੇ ਫੋਨ ਕੀਤਾ ਸਰ। ਹਾਂਜੀ ਸਰ, ਆਪਣੇ ਡਾਕਟਰ ਸਾਹਿਬ ਕਹਿੰਦੇ ਰੈਫਰ ਕਰਨਾ ਜਾਂ ਕੀ ਦੇਖਦੇ ਪਏ ਡਾਕਟਰ ਸਾਹਿਬ? ਆਪਣੇ ਚੂਲੇ 'ਤੇ ਲੱਗੀ ਸਰ। ਹਾਂਜੀ, ਆਪਣੇ ਸਿਵਲ ਹਸਪਤਾਲ। ਪ੍ਰਸ਼ਾਸਨ ਨੂੰ ਇਹੀ ਚਾਹੁੰਦੇ ਹਾਂ ਕਿ ਆਪਣੇ ਜੋ ਵੀ ਹੈ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਦੋਸ਼ੀਆਂ ਦੇ, ਅਤੇ ਜਦੋਂ ਤੋਂ ਜਦੋਂ ਫੜਿਆ ਜਾਵੇ। ਪੁਲਿਸ ਅਜੇ ਤੱਕ ਨਹੀਂ ਆਈ ਸਰ, ਨਹੀਂ ਪਹੁੰਚੀ। ਐੱਚ ਐੱਸ ਓ ਸਾਹਿਬ ਫੋਨ ਆਇਆ, ਐੱਚ ਐੱਸ ਓ ਸਾਹਿਬ ਦਾ ਬੜੇ ਵਧੀਆ ਡੀਲ ਕੀਤਾ ਉਹਨਾਂ ਨੇ, ਕਹਿੰਦੇ ਅਸੀਂ ਮੁਲਾਜ਼ਮ ਆਪਣੇ ਭੇਜ ਰਹੇ ਹਾਂ, ਜ਼ਖਮੀ ਹਾਲ 'ਚ ਹੀ ਲੈ ਕੇ ਆਏ ਆ ਇਹ, ਨਾਲ ਮੇਰੇ ਆਪਣੇ ਆਏ ਆ, ਨਾਲ ਲੈ ਕੇ ਅਸੀਂ ਜ਼ਖਮੀ ਹਾਲ 'ਚ ਉਹਨਾਂ ਨੂੰ ਲੈ ਕੇ ਆਏ ਆ ਬੱਚੇ। ਹਾਂਜੀ, ਇਹ ਗੁਰਕੀਰਤ ਮੁੰਡਾ ਆਇਆ ਜੀ ਆਪਣੇ ਮਜੀਠਾ ਰੋਡ ਕਹਿਣ ਡੇ, ਉੱਥੇ ਕੋਈ ਝਗੜਾ ਹੋਇਆ ਉਹਨਾਂ ਦੇ, ਕੋਈ ਗਨ ਸੂਟ ਚੂਲੇ ਲੱਗੀ ਗੋਲੀ ਉਹਨਾਂ ਦੇ, ਬਾਕੀ ਇਹਦਾ ਟ੍ਰੀਟਮੈਂਟ ਕਰਤਾ ਉਹਨਾਂ ਦਾ ਠੀਕ ਆ ਜੀ। ਉਹ ਹਾਂ ਬਚਾਅ ਜੀ, ਬਿਲਕੁਲ ਬਚਾਅ ਇਹਦਾ, ਕੋਈ ਗੱਲ ਨਹੀਂ ਗੀ। ਹਾਂ ਇਲਾਜ ਚੱਲ ਰਿਹਾ, ਨਾਲ ਹੀ ਕਰਤੀ ਫੈਟਰੀ ਦੇ ਦਿੱਤੀ ਡਾਕਟਰ ਸਾਹਿਬ ਨੇ, ਨਾਲ ਹੀ ਸਰਜਨ ਸਾਹਿਬ ਆ ਗਿਆ ਜੀ, ਇੱਥੇ ਇਲਾਜ ਹੋ ਰਿਹਾ, ਕੋਈ ਗੱਲ ਨਹੀਂ ਸਰ। ਅਰਜੀਤ ਧੌਨ ਜੀ। ਸਰ ਮੈਂ ਨਾ ਘਰੋਂ ਨਿਕਲਦਾ ਪਿਆ ਸੀ, ਅਚਾਨਕ ਹੀ ਦੇਖਿਆ ਕਿ ਮੁੰਡੇ 'ਤੇ ਗੋਲੀ ਲੱਗੀ ਦੀ ਸੀ। ਮੈਂ ਰਹਿੰਦਾ ਸੰਧੂ ਕਲੋਨੀ ਬੈਕ ਸਾਈਡ, ਅਤੇ ਦੇਖਿਆ ਬੱਚਾ ਡਿੱਗਿਆ ਪਿਆ ਸੀ, ਬੱਚਾ ਮੁੜ ਕੇ ਫਿਰ ਉੱਠ ਕੇ ਡਿੱਗ ਪਿਆ, ਅਤੇ ਉਹਦੇ ਪਿੱਛੇ ਗੋਲੀ ਵੱਜੀ ਦੀ ਸੀ ਲੱਕ 'ਤੇ। ਸਦਰ ਥਾਣਾ ਸਰ। ਸਰ ਗੱਲਬਾਤ ਤਾਂ ਕੁਛ ਨਹੀਂ, ਪੁਰਾਣੀ ਰੰਜਿਸ਼ ਇਹਨਾਂ ਦੀ, ਇਹਨਾਂ ਦੇ ਪਰਚੇ ਪਹਿਲੇ ਵੀ ਵੱਜਦੇ ਆ, ਜੋ ਵੀ ਇਹਨਾਂ ਦੇ ਕਾਨੂੰਨੀ ਕਾਰਵਾਈ ਕੀਤੀ ਜਾਏ। ਕੁਛ ਨਹੀਂ ਸਰ, ਇਹ ਬੱਚੇ ਕਹਿੰਦੇ ਸੀ ਖਾਣ ਪੀਣ ਗਏ ਸੀ ਕੁਛ, ਅਤੇ ਬਸ ਖਾਣ ਪੀਣ ਗਏ ਆ, ਅਤੇ ਆਏ ਆ ਇੱਕ ਸਰਦਾਰ ਜੀ ਹੈਗੇ ਸੀ, ਉਹਨਾਂ ਨੇ 5-6 ਫਾਇਰ ਕੱਢ ਕੇ ਗੋਲੀਆਂ ਸਿੱਧੀਆਂ ਚਲਾਉਣੀ ਚਾਲੂ ਕਰਤੀਆਂ। ਹਾਂਜੀ, ਉਹ ਇਹਨੇ ਕਹਿੰਦੇ ਬੱਚੇ ਤਾਂ ਦੇਵੇ ਘਰ ਦੇ ਲਾਗੇ ਸੀ ਜਿਹਨਾਂ ਨੇ ਗੋਲੀਆਂ ਮਾਰੀਆਂ। ਹਾਂਜੀ, ਪੈਦਲ ਸੀ ਘਰ ਦੇ ਲਾਗੇ ਸੀ ਆਪਣੇ। ਉਹ ਪੁਲਿਸ ਦੇ 100 ਨੰਬਰ 'ਤੇ ਫੋਨ ਕੀਤਾ ਸਰ। ਹਾਂਜੀ ਸਰ, ਆਪਣੇ ਡਾਕਟਰ ਸਾਹਿਬ ਕਹਿੰਦੇ ਰੈਫਰ ਕਰਨਾ ਜਾਂ ਕੀ ਦੇਖਦੇ ਪਏ ਡਾਕਟਰ ਸਾਹਿਬ? ਆਪਣੇ ਚੂਲੇ 'ਤੇ ਲੱਗੀ ਸਰ। ਹਾਂਜੀ, ਆਪਣੇ ਸਿਵਲ ਹਸਪਤਾਲ। ਪ੍ਰਸ਼ਾਸਨ ਨੂੰ ਇਹੀ ਚਾਹੁੰਦੇ ਹਾਂ ਕਿ ਆਪਣੇ ਜੋ ਵੀ ਹੈ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਦੋਸ਼ੀਆਂ ਦੇ, ਅਤੇ ਜਦੋਂ ਤੋਂ ਜਦੋਂ ਫੜਿਆ ਜਾਵੇ। ਪੁਲਿਸ ਅਜੇ ਤੱਕ ਨਹੀਂ ਆਈ ਸਰ, ਨਹੀਂ ਪਹੁੰਚੀ। ਐੱਚ ਐੱਸ ਓ ਸਾਹਿਬ ਫੋਨ ਆਇਆ, ਐੱਚ ਐੱਸ ਓ ਸਾਹਿਬ ਦਾ ਬੜੇ ਵਧੀਆ ਡੀਲ ਕੀਤਾ ਉਹਨਾਂ ਨੇ, ਕਹਿੰਦੇ ਅਸੀਂ ਮੁਲਾਜ਼ਮ ਆਪਣੇ ਭੇਜ ਰਹੇ ਹਾਂ, ਜ਼ਖਮੀ ਹਾਲ 'ਚ ਹੀ ਲੈ ਕੇ ਆਏ ਆ ਇਹ, ਨਾਲ ਮੇਰੇ ਆਪਣੇ ਆਏ ਆ, ਨਾਲ ਲੈ ਕੇ ਅਸੀਂ ਜ਼ਖਮੀ ਹਾਲ 'ਚ ਉਹਨਾਂ ਨੂੰ ਲੈ ਕੇ ਆਏ ਆ ਬੱਚੇ। ਹਾਂਜੀ, ਇਹ ਗੁਰਕੀਰਤ ਮੁੰਡਾ ਆਇਆ ਜੀ ਆਪਣੇ ਮਜੀਠਾ ਰੋਡ ਕਹਿਣ ਡੇ, ਉੱਥੇ ਕੋਈ ਝਗੜਾ ਹੋਇਆ ਉਹਨਾਂ ਦੇ, ਕੋਈ ਗਨ ਸੂਟ ਚੂਲੇ ਲੱਗੀ ਗੋਲੀ ਉਹਨਾਂ ਦੇ, ਬਾਕੀ ਇਹਦਾ ਟ੍ਰੀਟਮੈਂਟ ਕਰਤਾ ਉਹਨਾਂ ਦਾ ਠੀਕ ਆ ਜੀ। ਉਹ ਹਾਂ ਬਚਾਅ ਜੀ, ਬਿਲਕੁਲ ਬਚਾਅ ਇਹਦਾ, ਕੋਈ ਗੱਲ ਨਹੀਂ ਗੀ। ਹਾਂ ਇਲਾਜ ਚੱਲ ਰਿਹਾ, ਨਾਲ ਹੀ ਕਰਤੀ ਫੈਟਰੀ ਦੇ ਦਿੱਤੀ ਡਾਕਟਰ ਸਾਹਿਬ ਨੇ, ਨਾਲ ਹੀ ਸਰਜਨ ਸਾਹਿਬ ਆ ਗਿਆ ਜੀ, ਇੱਥੇ ਇਲਾਜ ਹੋ ਰਿਹਾ, ਕੋਈ ਗੱਲ ਨਹੀਂ ਸਰ।